ਕਿਸਾਨੀ ਸੰਘਰਸ਼ ਚ ਇੱਕ ਨਵਰੀਤ ਦੀ ਸ਼ਹਾਦਤ ਨੇ ਸਾਰਾ ਸੰਘਰਸ਼ ਵਾਲਾ ਤਾਂ ਸੀ ਬਾਕੀ ਜਿਹੜੇ ਉੱਥੇ ਬੈਠੇ ਮਰੀ ਜਾਂਦੇ ਆ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਜਾਂਦਾ ਬੇਸਬਬ ਜਿਹੜਾ ਕੋਈ ਬਿਮਾਰੀ ਨਾਲ ਮਰ ਗਿਆ ਜਿਹੜਾ ਕੋਈ ਉੱਥੇ ਬੈਠਾ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਉਹ ਸ਼ਹੀਦ ਕਿਵੇਂ ਹੋ ਗਏ ਜਿਹੜੇ ਬੈਠੇ ਕਿਸਾਨੀ ਸੰਘਰਸ਼ ਚ ਕੋਈ ਮਰੀ ਜਾਂਦਾ ਉਹ ਸ਼ਹਾਦਤ ਦਾ ਕੀ ਮੁੱਲ ਆ ਭਾਈ ਨਹੀਂ ਇੱਕ ਮਿੰਟ ਇੱਕ ਮਿੰਟ ਸੁਣੋ ਸੁਣੋ ਲੋਕੋ ਦਸਣ ਲੋ ਸੁਣੋ ਇੱਥੇ ਪਤਾ ਲੱਗਦਾ ਵੀ ਦੀਪ ਸਿੱਧੂ ਨਹੀਂ ਬੋਲਦਾ ਦੀਪ ਸਿੱਧੂ ਦੇ ਪਿੱਛੇ ਕੋਈ ਤਾਕਤ ਬੋਲਦੀ ਆ ਦੀਪ ਸਿੱਧੂ ਦੇ ਪਿੱਛੇ ਕੋਈ ਤਾਂ ਜ਼ਰੂਰ ਬੋਲ ਰਿਆ ਅਸਲੇ ਵਿੱਚ ਜਿਹੜਾ ਕਿਸਾਨੀ ਘੋਲ ਇਹ ਨਾਲ ਲੰਬਾ ਚੱਲ ਗਿਆ ਇਹ ਦੀਪ ਸਿੱਧੂ ਨੇ ਉਸ ਟਾਈਮ ਵੀ ਬੰਦੀ ਗਲਤੀ ਕੀਤੀ ਆ ਜਦੋਂ ਲਾਲ ਕਿਲੇ ਤੇ ਪਹੁੰਚੇ ਨੇ ਇਹ ਜੇ ਉੱਥੇ ਨਾ ਪਹੁੰਚਦੇ ਤਾਂ ਮਤਲਬ ਇਹ ਘੋਲ ਨੇ ਸਿੱਧੀ ਨਿਬੜ ਜਾਣਾ ਸੀ ਕੁਈ ਸਰਕਾਰ ਦਾ ਇਹ ਨਿਵੇਲ ਲਾਉਣਾ ਚਾਹੁੰਦੀ ਸੀ ਵੀ ਇਹ ਤਾਂ ਖਾਲਸਤਾਨੀ ਨੇ ਇਹ ਤਾਂ ਅੱਤਵਾਦੀ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਹਮੇਸ਼ਾ ਵਿਵਾਦਾਂ ਚ ਰਹਿਣ ਵਾਲੇ ਦੀਪ ਸਿੱਧੂ ਨੇ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੱਤਾ ਇੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੀਪ ਸਿੱਧੂ ਗਿਆ ਜਿੱਥੇ ਸਟੇਜ ਤੇ ਸੰਬੋਧਨ ਕਰ ਰਿਹਾ ਸੀ ਦੀਪ ਸਿੱਧੂ ਅਤੇ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਕਿ ਨਵਰੀਤ ਦੀ ਸ਼ਹਾਦਤ ਹੋਈ 26 ਜਨਵਰੀ ਨੂੰ ਜਦੋਂ ਕਿਸਾਨ ਕਿਤੇ ਨਾ ਕਿਤੇ ਅੱਗੇ ਜਾ ਰਹੇ ਸੀ ਦਿੱਲੀ ਵੱਲ ਵੱਧ ਰਹੇ ਸੀ ਤਾਂ ਨਵਰੀਤ ਦੀ ਮੌਤ ਹੋਈ ਉਹਨੂੰ ਸ਼ਹਾਦਤ ਗਿਣਿਆ ਜਾਂਦਾ ਪਰ ਜੋ ਸ਼ਹਾਦਤਾਂ ਦਿੱਲੀ ਦੇ ਵਿਖੇ ਕਿਸਾਨ ਕਹਿ ਰਹੇ ਨੇ ਕਿ ਸ਼ਹੀਦ ਹੋ ਗਏ ਕਿਸਾਨ ਕਿਸ ਕਿਸੇ ਕਿਸਾਨ ਨੂੰ ਦਿਲ ਦਾ ਦੌਰਾ ਪੈਂਦਾ ਕਿ ਉਹ ਸ਼ਹਾਦਤ ਨਹੀਂ ਤਾਂ ਉਸ ਮੌਕੇ ਦੀਪ ਸਿੱਧੂ ਨਾਲ ਸਟੇਜ ਤੇ ਤਕਰਾਰਬਾਜ਼ੀ ਵੀ ਹੋਈ ਵਿੱਚੋਂ ਉੱਠ ਕੇ ਸਟੇਜ ਤੋਂ ਕਿਸਾਨਾਂ ਨੇ ਚਾਹੇ ਹੋਰ ਸੀ ਉਹਨਾਂ ਨੇ ਕਿਹਾ ਕਿ ਗਲਤ ਵੀ ਜੋ ਕੁਝ ਬੋਲਣ ਇੱਥੇ ਆਇਓ ਉਹ ਬੋਲੋ ਆਪਣੇ ਜੋ ਵੀ ਆ ਮਸਲੇ ਤੋਂ ਨਾ ਕਿਤੇ ਨਾ ਕਿਤੇ ਸਾਈਡ ਤੇ ਗੱਲ ਕਰੋ ਸੋਦੀਪ ਸਿੱਧੂ ਦੀ ਸਟੇਜ ਤੇ ਆਪਸ ਵਿੱਚ ਗੱਲਬਾਤ ਹੋਈ ਤੇ ਦੀਪ ਸਿੱਧੂ ਨੂੰ ਚੁੱਪ ਕਰਵਾਇਆ ਗਿਆ ਪਰ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਦੀਪ ਸਿੱਧੂ ਦੀ ਏ ਟਿੱਪਣੀ ਤੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਦੀਪ ਸਿੱਧੂ ਸਹੀ ਨਹੀਂ ਬੋਲ ਰਿਹਾ ਕਿਉਂਕਿ ਸੰਘਰਸ਼ ਦੌਰਾਨ ਜੋ ਵੀ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਉਹ ਸ਼ਹਾਦਤ ਗਿਣੀ ਜਾਣਗੀਆਂ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਜ਼ਿੰਮੇਵਾਰ ਨੇ ਅੱਜ ਕਿਉਂ ਬੈਠੇ ਨੇ ਕਿਸਾਨ ਚਲੋ ਬਾਕੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਮੌਜੂਦ ਨੇ ਤੁੰਗਾ ਜੀ ਵਿਵਾਦਤ ਬਿਆਨਾਂ 'ਚ ਹਮੇਸ਼ਾ ਦੀਪ ਸਿੱਧੂ ਰਹਿੰਦਾ ਅੱਜ ਜੋ ਗੱਲਬਾਤ ਉਹਨਾਂ ਦੀ ਸਾਹਮਣੇ ਆ ਰਹੀ ਹੈ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਨੇ ਕਿਹਾ ਕਿ ਜੋ ਕਿਸਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਰਹੀ ਆ ਉਹਨਾਂ ਨੂੰ ਸ਼ਹੀਦ ਕਿਉਂ ਕਿਹਾ ਜਾ ਰਿਹਾ ਇਹ ਗਲਤ ਗੱਲ ਆ ਕੀ ਕਹੋਗੇ ਇਹ ਗੱਲ ਉਹਦੀ ਬਿਲਕੁਲ ਨਿੰਦਣਯੋਗ ਆ ਕਿਉਂਕਿ ਦਿੱਲੀ ਦੇ ਮੋਰਚੇ ਦੇ ਵਿੱਚ ਜਿੰਨੇ ਵੀ ਕਿਸਾਨ ਸੰਘਰਸ਼ 'ਚ ਚਲੇ ਗਏ ਚਾਹੇ ਉਹ ਐਕਸੀਡੈਂਟ ਨਾਲ ਮੌਤ ਹੋਵੇ ਚਾਹੇ ਦਿਲ ਦਾ ਦੌਰਾ ਪੈਣ ਨਾਲ ਹੋਵੇ ਕਿਸੇ ਤਰ੍ਹਾਂ ਵੀ ਮੌਤ ਹੋਵੇ ਉਹਨੂੰ ਸ਼ਹੀਦ ਮੰਨਿਆ ਜਾਊ ਕਿਉਂਕਿ ਜੇ ਅੰਦੋਲਨ ਨਾ ਚੱਲਦਾ ਹੁੰਦਾ ਤਾਂ ਇਹਨਾਂ ਨੂੰ ਕਿਸਾਨਾਂ ਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਨਾ ਐਕਸੀਡੈਂਟ ਹੋਣੇ ਤੇ ਨਾ ਕਿਸਾਨਾਂ ਦੀ ਮੌਤ ਹੋਣੀ ਦੀ ਚਾਹੇ ਉੱਥੇ ਅਚਾਨਕ ਮੌਤ ਵੀ ਹੋਵੇ ਉਹਨੂੰ ਵੀ ਸ਼ਹੀਦ ਦੀ ਦਰਜਾ ਦਿੱਤਾ ਜਾਊਗਾ ਕਿਉਂਕਿ ਉਹ ਸ਼ਹੀਦ ਮੰਨਿਆ ਜਾਊ ਉਹ ਘਰੋਂ ਤਾਂ ਅੰਦੋਲਨ ਵਾਸਤੇ ਗਿਆ ਨਾ ਇਸ ਕਰਕੇ ਇਹ ਬਿਆਨ ਬਹੁਤ ਜ਼ਿਆਦਾ ਨਿੰਦਣਯੋਗ ਆ ਇੱਥੇ ਪਤਾ ਲੱਗਦਾ ਵੀ ਦੀਪ ਸਿੱਧੂ ਨਹੀਂ ਬੋਲਦਾ ਦੀਪ ਸਿੱਧੂ ਦੇ ਪਿੱਛੇ ਕੋਈ ਤਾਕਤ ਬੋਲਦੀ ਆ ਦੀਪ ਸਿੱਧੂ ਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਬੋਲ ਰਿਹਾ ਇਸ ਕਰਕੇ ਬਿਆਨ ਬਹੁਤ ਹੀ ਨਿੰਦਣਯੋਗ ਆ ਬਿਲਕੁਲ ਲਗਾਤਾਰ ਆਪਾਂ ਕਹਿ ਰਹੇ ਸੀ ਪਹਿਲਾਂ ਵੀ ਦੀਪ ਸਿੱਧੂ ਤੇ ਲਗਾਤਾਰ ਕਿਸਾਨ ਟਿੱਪਣੀਆਂ ਕਰ ਰਹੇ ਸੀ ਕਿ ਦੀਪ ਸਿੱਧੂ 26 ਜਨਵਰੀ ਨੂੰ ਕਿਉਂ ਉੱਥੇ ਗਿਆ ਕੀ ਕਾਰਨ ਸੀ ਜਦ ਕਿ ਕਿਸਾਨ ਪਿੱਛੇ ਸੀ ਉਸ ਦੇ ਨਾਲ ਹੋਰ ਨੌਜਵਾਨ ਗਏ ਕਿਤੇ ਨਾ ਕਿਤੇ ਪਹਿਲਾਂ ਗੱਲਬਾਤਾਂ ਇਹੇ ਸਾਹਮਣੇ ਆਉਂਦੀਆਂ ਸੀ ਪਰ ਐਵੇਂ ਜੇ ਬਿਵਾਦਤ ਬਿਆਨ ਨੇ ਉਹਨਾਂ ਤੋਂ ਲੱਗਦਾ ਹੀ ਆ ਕਿ ਗੱਲਬਾਤ ਕੁਝ ਹੋਰ ਆ ਕਿਉਂਕਿ ਦਿੱਤੇ ਜਾਂਦੇ ਨੇ ਐਵੇਂ ਦੇ ਬਿਆਨ ਅਸਲ ਵਿੱਚ ਜਿਹੜਾ ਕਿਸਾਨੀ ਕੋਹਲ ਇਹ ਨਾਲ ਲੰਬਾ ਚੱਲ ਗਿਆ ਇਹ ਦੀਪ ਸਿੱਧੂ ਨੇ ਉਸ ਟਾਈਮ ਵੀ ਵੱਡੀ ਗਲਤੀ ਕੀਤੀ ਆ ਜਦੋਂ ਲਾਲ ਕਿਲੇ ਤੇ ਪਹੁੰਚੇ ਨੇ ਇਹ ਜੇ ਉੱਥੇ ਨਾ ਪਹੁੰਚਦੇ ਤਾਂ ਮਤਲਬ ਇਹ ਘੋਲ ਨੇ ਸਿੱਧੀ ਨਿਪਟੜ ਜਾਣਾ ਸੀ ਕਿਉਂਕਿ ਸਰਕਾਰ ਤਾਂ ਇਹ ਲੈਵਲ ਲਾਉਣਾ ਚਾਹੁੰਦੀ ਸੀ ਵੀ ਇਹ ਤਾਂ ਖਾਲਸਤਾਨੀ ਨੇ ਇਹ ਤਾਂ ਅਤਵਾਦੀ ਨੇ ਨਕਸਲਵਾੜੀ ਨੇ ਬੜਾ ਕੁਝ ਕਹਿੰਦੇ ਤੇ ਉਹ ਇਹਨਾਂ ਨੇ ਇਸ ਗੱਲ ਨੂੰ ਲੋਕਾਂ ਦਾ ਧਿਆਨ ਉਧਰ ਖਿੱਚਿਆ ਉਹ ਖਿੱਚਣ ਨਾਲ ਜਿਹੜਾ ਅੰਦੋਲਨ ਆ ਉਹ ਥੋੜਾ ਜਿਹਾ ਕਮਜ਼ੋਰ ਪਿਆ ਲੰਬਾ ਹੋ ਗਿਆ ਲੰਬਾ ਵੱਧ ਗਿਆ ਕਿਉਂਕਿ ਅੰਦੋਲਨ ਉਹ ਟਾਈਮ ਬਿਲਕੁਲ ਸਿਖਰਾਂ ਤੇ ਸੀ ਸਰਕਾਰ ਝੁਕੀ ਹੋਈ ਸੀ ਕਿਸਾਨਾਂ ਦਾ ਅੰਦੋਲਨ ਪੂਰੇ ਸਿਖਰਾਂ ਵੱਲ ਨੂੰ ਜਾਂਦਾ ਹੋਇਆ ਇੱਕ ਲਖਤ ਮੋੜਾ ਖਾ ਗਿਆ ਮੋੜਾ ਖਾਨ ਦੇ ਨਾਲ ਆ ਇਹ ਅੰਦੋਲਨ ਉਹਨਾਂ ਇਸੇ ਕਾਰਨ ਜੇ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚਿਆ ਤਾਂ ਉਹਦੀ ਬਦੌਲਤ ਹੀ ਲੰਬਾ ਹੋਇਆ ਹੈ ਬਿਲਕੁਲ ਗੱਲ ਉਹ ਹੈ ਤੁੰਗਾ ਸਾਹਿਬ ਜੀ ਗੱਲਬਾਤ ਕਰੀਏ ਅੱਜ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਲੱਖਾਂ ਦੀ ਗਿਣਤੀ ਜੇ ਪੂਰੇ ਦੇਸ਼ ਦੀ ਗੱਲ ਕਰੀਏ ਧਰਨਿਆਂ ਤੇ ਬੈਠੇ ਨੇ ਇਹਦਾ ਮਤਲਬ ਧਰਨਿਆਂ ਤੇ ਜਦੋਂ ਬੈਠੇ ਨੇ ਜੇ ਕਿਸਾਨ ਦੀ ਉੱਥੇ ਮੌਤ ਹੁੰਦੀ ਆ ਕਿਤੇ ਨਾ ਕਿਤੇ ਉੱਥੇ ਥੋੜਾ ਜਿਹਾ ਸਿਸਟਮ ਜੇ ਕੋਈ ਦਵਾਈਆਂ ਬੂਟੀਆਂ ਕਿਸਾਨ ਲੈਂਦੇ ਨੇ ਘਰੇ ਤਾਂ ਦਵਾਈਆਂ ਬੂਟੀਆਂ ਟਾਈਮ ਸਿਰ ਲੈ ਲੈਣਗੇ ਉੱਥੇ ਕਈ ਵਾਰੀ ਦਵਾਈ ਨਹੀਂ ਮਿਲਦੀ ਜਾਂ ਹੋਰ ਨਹੀਂ ਸਿਸਟਮ ਹੁੰਦਾ ਵੀ ਮੌਤ ਹੋ ਜਾਂਦੀ ਆ ਉਹਦਾ ਜ਼ਿੰਮੇਵਾਰਤਾ ਧਰਨਿਆਂ ਉਹਦੀ ਜ਼ਿੰਮੇਵਾਰਤਾ ਕੇਂਦਰ ਸਰਕਾਰੀ ਆ ਬਿਲਕੁਲ ਉਹਦੀ ਜ਼ਿੰਮੇਵਾਰ ਸਰਕਾਰ ਆ ਦੇਖੋ ਕੋਈ ਵੀ ਵੀਰ ਉੱਥੇ ਜਾ ਕੇ ਪਹਿਲੀ ਗੱਲ ਤਾਂ ਜਦੋਂ ਅਸੀਂ ਪੰਜਾਬ ਚੋਂ ਦਿੱਲੀ ਜਾਂਦੇ ਆ ਧਰਨੇ ਦੇ ਵਿੱਚ ਸਾਡਾ ਜਿਹੜਾ ਖਾਣ ਪੀਣ ਦਾ ਸਿਖਤਵਾ ਸਾਰਾ ਬਦਲ ਜਾਂਦਾ ਕਿਉਂਕਿ ਉੱਥੇ ਸਾਨੂੰ ਉਹ ਸੁੱਧ ਪਾਣੀ ਨਹੀਂ ਮਿਲਦਾ ਉਹ ਸੁੱਧ ਹਵਾ ਨਹੀਂ ਮਿਲਦੀ ਜੋ ਪੰਜਾਬ ਦੇ ਵਿੱਚ ਆ ਜੇ ਉੱਥੇ ਸਾਨੂੰ ਮਿਲ ਵੀ ਜਾਂਦੀ ਹੈ ਇਹ ਚੀਜ਼ਾਂ ਸੀ ਸਹੂਲਤਾਂ ਪੂਰੀਆਂ ਕਰ ਵੀ ਲੈਨੇ ਆ ਤਾਂ ਸਾਨੂੰ ਦਵਾਈਆਂ ਨਹੀਂ ਸਹੀ ਟਾਈਮ ਤੇ ਮਿਲਦੀਆਂ ਕੋਈ ਅਸੀਂ ਚੈੱਕ ਕਰਾ ਕੇ ਦਵਾਈ ਨਹੀਂ ਲੈ ਸਕਦੇ ਕਿਉਂਕਿ ਸਾਡੇ ਇੰਦੇ ਪੰਜਾਬ ਚੋਂ ਡਾਕਟਰਾਂ ਨੇ ਦਵਾਈਆਂ ਚੱਲਦੇ ਨੇ ਵੱਖਰੀਆਂ ਨੇ ਉੱਥੇ ਵਾਲੀਆਂ ਦਵਾਈਆਂ ਦਾ ਵੀ ਵੱਖਰਾ ਉੱਥੇ ਸਾਡਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਜੇ ਅਸੀਂ ਧਰਨੇ 'ਚ ਬੈਠੇ ਆ ਤਾਂ ਅਸੀਂ ਇਲਾਜ ਤੋਂ ਵਾਂਝੇ ਰਹਨੇ ਆ ਤਾਂ ਸਾਨੂੰ ਉੱਥੇ ਵਾਲਾ ਇਲਾਜ ਮਤਲਬ ਕਰਾਉਣਾ ਪੈਂਦਾ ਨਹੀਂ ਸਾਡੇ ਉਹਰੇ ਵਧੀਆ ਡਾਕਟਰ ਨੇ ਇਹ ਡਾਕਟਰ ਨੂੰ ਸਾਡੀ ਪਹਿਲਾਂ ਜੜ ਤੋਂ ਬਿਮਾਰੀ ਦਾ ਪਤਾ ਹੁੰਦਾ ਉਹਦੇ ਮੁਤਾਬਕ ਸਾਨੂੰ ਦਵਾਈ ਮਿਲਦੀ ਆ ਉੱਥੇ ਵਾਲੇ ਡਾਕਟਰ ਨੂੰ ਤਾਂ ਮੌਕੇ ਹਾਲਾਤਾਂ ਦਾ ਪਤਾ ਉਰਦਾ ਉਹਦੇ ਮੁਤਾਬਕ ਸਾਹਮਣਾ ਇਸ ਕਰਕੇ ਸਾਡੇ ਦਵਾਈਆਂ ਲਈ ਜਿਹੜੀ ਉੱਥੇ ਕੰਮ ਨਹੀਂ ਕਰਦੇ ਉਹਦੇ ਨਾਲ ਵੀ ਕਿਸਾਨਾਂ ਦੇ ਬਹੁਤ ਮੌਤਾਂ ਹੋ ਰਹੀਆਂ ਨੇ ਬਿਲਕੁਲ ਨਾਲੇ ਤੁੰਗੇ ਸਭ ਇਹ ਵੀ ਗੱਲ ਕਹਿ ਸਕਦੇ ਆਂ ਜੇ ਕਿਤੇ ਨਾ ਕਿਤੇ ਸਰਕਾਰਾਂ ਜੋ ਵੀ ਮੰਗਾ ਨੇ ਉਹ ਮੰਨ ਲੈਣ ਕਿਤੇ ਨਾ ਕਿਤੇ ਧਰਨਿਆਂ ਦੇ ਮਸਲੇ ਹੱਲ ਕਰ ਦੇਣਾ ਜੇ ਧਰਨੀ ਹਟ ਜਾਣ ਫੇਰ ਤਾਂ ਨਹੀਂ ਇਹ ਗੱਲ ਕਹੋਗੇ ਕਿ ਸ਼ਹਾਦਤ ਹੋ ਗਈ ਜੀ ਉਹ ਕਿਸਾਨ ਜਿਹੜੇ ਦੀ ਮੌਤ ਹੋਈ ਆ ਉਹ ਸ਼ਹੀਦ ਹੋਏ ਨੇ ਕਿਹਾ ਤਾਂ ਧਰਨਿਆਂ ਦੇ ਵਿੱਚ ਹੀ ਜਾਂਦਾ ਦੇਖੋ ਇਹਦੇ 'ਚ ਗੱਲਾਂ ਬਹੁਤ ਤਰ੍ਹਾਂ ਦੀਆਂ ਨੇ ਪਹਿਲੀ ਗੱਲ ਤਾਂ ਸਰਕਾਰਾਂ ਨੇ ਵਾਅਦੇ ਕੀਤੇ ਨੇ ਸੈਂਟਰ ਸਰਕਾਰ ਨੇ ਵੀ ਕੀਤੇ ਨੇ ਪੰਜਾਬ ਸਰਕਾਰ ਨੇ ਵੀ ਕੀਤੇ ਨੇ ਜੇ ਵਾਅਦੇ ਪੂਰੇ ਕਰਨੇ ਧਰਨੇ ਦੂਜੇ ਪਾਸੇ ਜਿਹੜੀ ਸਾਡੀ ਚੀਜ਼ ਦੀ ਲੋੜ ਹੀ ਨਹੀਂ ਹੈ ਭਲਾ ਉਹ ਸਾਨੂੰ ਕਿਉਂ ਦੇਈ ਜਾਂਦੇ ਨੇ ਸਾਨੂੰ ਇਹ ਕਾਨੂੰਨਾਂ ਦੀ ਲੋੜ ਨਹੀਂ ਹੈ ਸਾਨੂੰ ਹੁੰਦਾ ਉਸ ਨੀਤੀ ਦੀ ਜ਼ਰੂਰਤ ਆ ਜਿਹੜੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲਾਹੇਵੰਦ ਕੋਈ ਨੀਤੀ ਹੋਵੇ ਜਿਹਦੇ ਨਾਲ ਸਾਡਾ ਕਰਜ਼ਾ ਉੱਤਰੇ ਤੇ ਉਹ ਤਾਂ ਨੀਤੀਆਂ ਸਾਨੂੰ ਦੇ ਹੀ ਨਹੀਂ ਰਹੇ ਇਹ ਤਾਂ ਸਾਨੂੰ ਲੁੱਟਣ ਦਾ ਕੰਮ ਕਰ ਰਹੇ ਨੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੇ ਨੇ ਉਹ ਕਾਨੂੰਨ ਸਾਨੂੰ ਧੱਕੇ ਨਾਲ ਦੇ ਰਹੇ ਨੇ ਉਹ ਅਸੀਂ ਲੈਣੇ ਨਹੀਂ ਚਾਹੁੰਦੇ ਇਸੇ ਕਰਕੇ ਅਸੀਂ ਬਾਹਰਾਂ ਦੇ ਬੈਠੇ ਆਂ ਅੱਜ ਮੋਦੀ ਕਾਨੂੰਨ ਰੱਦ ਕਰ ਦੇ ਕੱਲੂ ਸਾਰੇ ਕਿਸਾਨ ਵਾਪਸ ਮੁੜੇ ਰੋਗੇ ਕਹਿਣ ਦੀ ਵੀ ਲੋੜ ਨਹੀਂ ਪੈਣੀ ਕਰਕੇ ਦੇਖ ਲੈਣਾ ਪਰ ਇਹ ਧਰਨੇ ਜਿਹੜੇ ਲਵਾਉਣ ਦੀ ਜ਼ਿੰਮੇਵਾਰ ਵੀ ਸਰਕਾਰ ਆ ਜਿਹੜੀਆਂ ਉੱਥੇ ਸ਼ਹੀਦੀਆਂ ਹੋ ਰਹੀਆਂ ਨੇ ਉਹਦੀ ਵੀ ਜ਼ਿੰਮੇਵਾਰ ਸਰਕਾਰ ਹੀ ਆ ਬਿਲਕੁਲ ਦੀਪ ਸਿੱਧੂ ਦੀ ਇਹ ਟਿੱਪਣੀ ਤੇ ਕੀ ਤੁਸੀਂ ਗੱਲਬਾਤ ਕਰੋਗੇ ਦੀਪ ਸਿੱਧੂ ਦੀ ਟਿੱਪਣੀ ਤੇ ਕੀ ਤੁਸੀਂ ਮਤਲਬ ਕਹੋਗੇ ਗੱਲਬਾਤ ਦੇਖੋ ਦੀਪ ਸਿੱਧੂ ਨੇ ਥੋੜਾ ਜਿਹਾ ਇਹਨੂੰ ਦੇਖ ਕੇ ਬੋਲਣਾ ਚਾਹੀਦਾ ਸੰਭਲ ਕੇ ਬਿਆਨ ਦੇਣੇ ਚਾਹੀਦੇ ਨੇ ਇਹ ਜੋਸ਼ ਤੋਂ ਕੰਮ ਲੈ ਰਿਹਾ ਹੋਸ਼ ਤੋਂ ਕੰਮ ਨਹੀਂ ਲੈ ਰਿਹਾ ਕਿਉਂਕਿ ਇਹ ਪਹਿਲਾਂ ਤੁਸੀਂ ਇਹਦੇ ਬਿਆਨ ਨੇ ਜਿਹੜੇ ਇਸੇ ਨਿੰਦਣਯੋਗ ਆਉਂਦੇ ਨੇ ਆ ਜਿਹੜਾ ਹੁਣ ਇਹਨਾਂ ਨੇ ਬਿਆਨ ਦਿੱਤਾ ਸਟੇਜ ਤੇ ਇਹਦਾ ਪੂਰਨ ਤੌਰ ਤੇ ਨਿੰਦਣਯੋਗ ਆ ਸਖਤ ਸ਼ਬਦਾਂ ਦੇ ਵਿਚਾਰੀ ਨਖੇਦੀ ਕਰਦੇ ਇਸ ਗੱਲ ਦੀ ਕਿਉਂਕਿ ਕੋਈ ਵੀ ਉੱਥੇ ਮੌਤ ਹੁੰਦੀ ਆ ਸਾਡੇ ਕਿਸੇ ਵੀਰ ਦੀ ਭਰਾ ਦੀ ਭੈਣ ਦੀ ਬਜ਼ੁਰਗ ਦੀ ਉੱਚੀ ਦੰਦਾਰ ਜੇ ਵਿੱਚ ਮੰਨਿਆ ਜਾਊ ਕਿ ਕੋਈ ਅੰਦੋਲਨ ਦੇ ਵਿੱਚ ਗਿਆ ਹੋਵੇ ਅੰਦੋਲਨ ਦੇ ਵਿੱਚ ਸ਼ਾਮਲ ਹੋਇਆ ਬਕਾਇਦਾ ਹੋ ਉੱਥੇ ਮੌਤ ਦਾ ਸ਼ਹੀਦੀ ਦੀ ਮੌਤ ਮੰਨੀ ਜਾਊਗੀ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਆਗੂਆਂ ਦਾ ਇਹੀ ਕਹਿਣਾ ਕਿ ਦੀਪ ਸਿੱਧੂ ਨੇ ਜੋ ਟਿੱਪਣੀ ਕੀਤੀ ਆ ਉਹ ਬਤ ਬਹੁਤ ਗਲਤ ਕੀਤੀ ਆ ਕਿਉਂਕਿ ਕੇਂਦਰ ਸਰਕਾਰ ਆ ਉਹ ਜ਼ਿੰਮੇਵਾਰਾ ਧਰਨਿਆਂ ਦੀ ਜੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਮਸਲੇ ਹੱਲ ਕਰਦੀ ਆ ਕਿਉਂ ਧਰਨਿਆਂ ਤੇ ਬੈਠਿਆ ਜਾਵੇ ਅਤੇ ਜੋ ਵੀ ਕਿਸਾਨ ਧਰਨਿਆਂ ਤੇ ਬੈਠੇ ਨੇ ਉਹ ਉਹਨਾਂ ਦੀ ਜਦੋਂ ਮੌਤ ਹੁੰਦੀ ਆ ਤਾਂ ਜ਼ਿੰਮੇਵਾਰ ਸਰਕਾਰ ਆ ਤੇ ਉਹਨਾਂ ਨੂੰ ਸ਼ਹਾਦਤ ਕਿਹਾ ਜਾ ਸਕਦਾ ਅਤੇ ਕਹਾਂਗੇ ਲਗਾਤਾਰ ਭਾਰਤੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿੱਚ ਰੋਸ ਆ ਕੇ ਕਿਉਂ ਦੀਪ ਸਿੱਧੂ ਐਵੇਂ ਦੇ ਬਿਆਨ ਕਿਉਂ ਲਾਉਂਦਾ ਜਿਆਦਾ ਜੋਸ਼ ਤੋਂ ਕੰਮ ਨਾ ਲਵੇ ਹੋਸ਼ ਤੋਂ ਕੰਮ ਲਵੇ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ